ਸਾਰਾ ਟਾਈਮ ਮਨੁੱਖ ਦੇ ਆਪਦੇ ਹੱਥ ਦੇ ਵਿੱਚ ਹੈ ਤੇ ਗੁਰੂ ਪਿਆਰਿਓ ਇੱਕੋ ਇੱਕ ਮੌਤ ਹੈ ਜੋ ਅਟਲ ਸੱਚਾਈ ਹੈ ਉਹਦਾ ਜਿਹੜਾ ਸਮਾਂ ਹੈ ਉਹਦਾ ਜਿਹੜਾ ਟਾਈਮ ਹੈ ਇਹ ਸਤਿਗੁਰੂ ਦੇ ਹੱਥ ਦੇ ਵਿੱਚ ਹੈ ਸੱਚੇ ਪਾਤਸ਼ਾਹ ਨੂੰ ਪਤਾ ਹੈ ਕਿਹਨੇ ਕਿੰਨੀ ਜ਼ਿੰਦਗੀ ਜਿਉਣਾ ਹੈ ਕਿਹਦਾ ਕਿੰਨਾ ਟਾਈਮ ਹੈ ਜਦੋਂ ਕੋਈ ਸਮਾਂ ਕਿਸੇ ਪਰਿਵਾਰ ਤੇ ਮਾੜਾ ਆਉਂਦਾ ਪੁੱਛ ਕੇ ਨਹੀਂ ਆਉਂਦਾ ਕਿਸੇ ਨੌਜਵਾਨ ਤੇ ਮੌਤ ਆਉਂਦੀ ਹੈ ਉਹ ਸਾਰੇ ਦਰਵਾਜ਼ੇ ਭੰਨ ਕੇ ਆਉਂਦੀ ਹੈ ਬਾਬਾ ਫਰੀਦ ਜੀ ਕਹਿੰਦੇ ਮਲਕਲ ਮੌਤ ਜਾਂ ਆਪਸੀ ਸਭ ਦਰਵਾਜ਼ੇ ਭੰਨ ਇਹ ਅੱਜ ਵੈਰੋ ਕੇ ਨਗਰ ਦੇ ਵਿੱਚ ਉਸ ਪਰਿਵਾਰ ਤੇ ਸਾਰੇ ਦਰਵਾਜ਼ੇ ਤੋੜ ਕੇ ਇੱਕ ਅਣਹੋਣੀ ਮੌਤ ਜੋ ਕਿ ਮੈਂ ਦੇਖਿਆ ਕਿੰਨਾ ਕੱਟ ਸੀ ਸ਼ਮਸ਼ਾਨ ਘਾਟ ਦੇ ਵਿੱਚ ਤੇ ਹਰ ਪੁਰਾਣੇ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਡਿੱਗ ਰਹੇ ਸੀ ਕਿਉਂਕਿ 30 ਸਾਲ ਦੀ ਉਮਰ ਮੈਨੂੰ ਸਤਿਕਾਰਯੋਗ ਅਜੈਬ ਸਿੰਘ ਹੁਣਾਂ ਨੇ ਦੱਸੀ ਹੈ ਛੋਟੇ ਛੋਟੇ ਬੱਚੇ ਉਸ ਵੀਰ ਦੇ ਪਰ ਆਪਾਂ ਕੁਛ ਨਹੀਂ ਕਰ ਸਕਦੇ ਇਹ ਜੋ ਹੱਥ ਵਸ ਹੈ ਉਸ ਪਰਮਾਤਮਾ ਦੇ ਹੈ ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ ਜੋਤ ਸੁਭਾਵੈ ਨਾਨਕਾ ਸਾਈ ਗੱਲ ਚੰਗੀ ਹੁਸਨ ਕਹਿੰਦਾ ਸੀ ਮੈਂ ਸਭ ਤੋਂ ਵੱਡਾ ਤੇ ਮੇਰਾ ਦੁਨੀਆ ਪਾਣੀ ਭਰਦੇ ਮਾਇਆ ਕਹਿੰਦੀ ਸੀ ਮੈਂ ਸਭ ਤੋਂ ਵੱਡੀ ਮੇਰਾ ਦੁਨੀਆ ਆਦਰ ਕਰਦੇ ਅਕਲ ਕਹਿੰਦੀ ਸੀ ਮੈਂ ਸਭ ਤੋਂ ਵੱਡੀ ਤੇ ਮੈਂ ਵਿੱਚ ਕਚਹਿਰੀਆਂ ਦੇ ਲੜਦੀ ਤੇ ਇਸ ਮੌਤ ਨੇ ਆਖਿਆ ਸੀ ਗੁਰੂ ਖਾਲਸਾ ਜੀ ਤੁਸੀਂ ਤਿੰਨੋਂ ਝੂਠੀਆਂ ਮੈਂ ਜੋ ਚਾਹਾਂ ਸੋ ਕਰਦੀ ਇਹ ਜਿਹੜੀ ਮੌਤ ਹੈ ਨਾ ਜਦੋਂ ਇਹ ਆਉਂਦੀ ਹੈ ਅਕਲ ਪੈਸਾ ਸਭ ਕੁਛ ਫੇਲ ਹੋ ਜਾਂਦਾ ਹੈ ਮੈਂ ਸਮੁੱਚੇ ਕਬੱਡੀ ਜਗਤ ਵੱਲੋਂ ਸਾਰੀ ਹੀ ਜਿੰਨੇ ਵੀ ਕਬੱਡੀ ਨਾਲ ਜੁੜੇ ਹੈ ਕਿਉਂਕਿ ਇਸ ਨਗਰ ਦੇ ਨਾਲ ਬਾਈ ਰੂਪੇ ਹੋਣਾ ਦੇ ਨਾਲ ਸਾਡੀਆਂ ਗੂੜੀਆਂ ਰਿਸ਼ਤੇਦਾਰੀਆਂ ਕਮਲ ਹੋਣਾ ਦੇ ਨਾਲ ਪਹਿਲਾਂ ਤੋਂ ਅਸੀਂ ਇਸ ਨਗਰ ਵਿੱਚ ਆਉਂਦੇ ਹਾਂ ਅੱਜ ਪਤਾ ਲੱਗਾ ਤਾਂ ਦਿਲ ਨੂੰ ਬਹੁਤ ਵੱਡੀ ਇੱਕ ਠੇਸ ਪਹੁੰਚੀ ਹੈ ਸਾਰੇ ਕਬੱਡੀ ਜਗਤ ਵੱਲੋਂ ਇਸ ਪਰਿਵਾਰ ਦੇ ਨਾਲ ਦਾਸ ਦੁੱਖ ਦੇ ਵਿੱਚ ਸ਼ਰੀਕ ਹੁੰਦਾ ਅਸੀਂ ਸਮੁੱਚੀ ਕਬੱਡੀ ਜਗਤ ਵੱਲੋਂ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰਦੇ ਹਾਂ ਸਤਿਗੁਰੂ ਤੇਰਾ ਕੀ ਆ ਮਿੱਠਾ ਲੱਗਾ ਜੋ ਤੈਨੂੰ ਪਾਉਂਦਾ ਉਹ ਹੀ ਹੋਣਾ ਕਿਰਪਾ ਕਰੀ ਉਸ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੀ ਉਹਨਾਂ ਨਿੱਕੇ ਨਿੱਕੇ ਬੱਚਿਆਂ ਨੂੰ ਗੁਰੂ ਦੇ ਲੜ ਲਾਈ ਉਹਨਾਂ ਨੂੰ ਪਿਆਰੀ ਗੁਰਸਿੱਖੀ ਚੰਗੀ ਵਿਦਿਆ ਦੇਈ ਉਸ ਪਰਿਵਾਰ ਦੇ ਸਿਰ ਤੇ ਮਿਹਰਾਂ ਦਾ ਭਰਿਆ ਹੱਥ ਰੱਖੇ ਕਿਉਂਕਿ ਜਾ ਸੁੱਖ ਦੇ ਤਾਂ ਤੁਝੇ ਅਰਾਧੀ ਦੁੱਖ ਵੀ ਤੁਝੇ ਧਿਆਈ ਜੇ ਦੁੱਖ ਤੂੰ ਦਿੱਤਾ ਨਾ ਸਤਿਗੁਰੂ ਤੇ ਇਸ ਨੂੰ ਘਟਾਉਣ ਵਾਲਾ ਵੀ ਤੂੰ ਹੀ ਹੈ ਜੇ ਉਸ ਪਰਿਵਾਰ ਤੇ ਭੀੜ ਪਾਈ ਹੈ ਤੇ ਉਹਨੂੰ ਕੱਢਣ ਵਾਲਾ ਵੀ ਤੂੰ ਹੀ ਹੈ ਕਿਰਪਾ ਕਰੀ ਉਸ ਵੀਰ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੀ ਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੀ ਸਾਰੇ ਵੀਰਾਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਆਪਾਂ 2 ਮਿੰਟ ਦਾ ਜਿਹੜਾ ਮੌਨ ਧਾਰਨ ਉਸ ਵਿਛੜੀ ਰੂਹ ਵਾਸਤੇ ਧਾਰਨਾ ਸਾਰੇ ਵੀਰਾਂ ਨੂੰ ਬੇਨਤੀ ਹੈ ਦੋਹੇ ਹੱਥ ਜੋੜ ਕੇ ਸਾਵਧਾਨ ਹੋ ਕੇ
ਆਪੋ ਆਪਣੇ ਮਨਾਂ ਦੇ ਵਿੱਚ ਅਰਦਾਸ ਕਰੋ ਕਿ ਸੱਚੇ ਪਾਤਸ਼ਾਹ ਉਸ ਵਿਛੜੀ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੀ ਤਾਂ ਕਿ ਆਹ ਜੋ ਪ੍ਰੋਗਰਾਮ ਇਸ ਨਗਰ ਵੱਲੋਂ ਹੀ ਜਿਹੜਾ ਖੇਡਾਂ ਦਾ ਉਲੀਕਿਆ ਗਿਆ ਸੀ ਪਰ ਸਤਿਗੁਰੂ ਅੱਗੇ ਕੋਈ ਜ਼ੋਰ ਨਹੀਂ ਮੌਤ ਦਾ ਕੋਈ ਸਮਾਂ ਨਹੀਂ ਮੈਂ ਅੱਗੇ ਵੀ ਬੇਨਤੀ ਕੀਤੀ ਹੈ ਆਹ ਜਿਹੜਾ ਸਮਾਂ ਹੈ ਤਾਂ 2 ਮਹੀਨੇ ਦਾ ਪਹਿਲਾਂ ਮਜਬੂਰੀ ਹੈ ਕਮੇਟੀ ਦੀ ਤੇ ਆਪਾਂ ਸਾਰੇ ਸਤਿਗੁਰੂ ਅੱਗੇ 2 ਮਿੰਟ ਦਾ ਮੌਨ ਧਾਰਨ ਕਰਕੇ ਅਰਦਾਸ ਬੇਨਤੀ ਕਰੀਏ ਜੀ ਸਾਰੇ ਹੱਥ ਜੋੜ ਕੇ 2 ਮਿੰਟ ਵਾਸਤੇ ਆਪੋ ਆਪਣੇ ਮਨਾਂ ਵਿੱਚ ਅਰਦਾਸ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈਲੋ ਸਾਡੀ ਬੇਨਤੀ ਹੈ ਜੈਤੋ ਤੇ ਨਾਥੇਵਾਲ ਦੀਆਂ ਟੀਮਾਂ ਨੂੰ ਟੀਮਾਂ ਦਾ ਮੈਚ ਖੇਡਿਆ ਜਾਵੇਗਾ ਨਾਥੇਵਾਲਾ ਤੇ ਜੈਤੋ ਇਹ ਟੀਮਾਂ ਜਲਦੀ ਗਰਾਊਂਡਾਂ ਦੇ ਵਿੱਚ ਆ ਜਾ ਨਾਲ ਹੀ ਕੋਟ ਸ਼ਮੀਰ ਤੇ ਵੈਰੋ ਕੇ ਇਹ ਇਹਨਾਂ ਟੀਮਾਂ ਨੂੰ ਬੇਨਤੀ ਆ ਨਾਥੇਵਾਲਾ ਤੇ ਜੈਤੋ ਦੀਆਂ ਟੀਮਾਂ ਨੂੰ ਬੇਨਤੀ ਆ ਜੋ ਮੈਚ ਸ਼ੁਰੂ ਕਰੋ ਜੀ ਨਾਲ ਹੀ ਕੋਟ ਸ਼ਮੀਰ ਤੇ ਵੈਰੋ ਕੇ ਇਹ ਵੀ ਟੀਮਾਂ ਗਰਾਊਂਡਾਂ ਦੇ ਲਾਗੇ ਪਹੁੰਚ ਜਾਣ ਗੁਰਮੁਖਰ ਸਾਹਿਬ ਦੀ ਟੀਮ 22 ਚ ਹੈਲੋ
ਹਾਂਜੀ ਪੁਆਇੰਟਾਂ ਵਾਲਾ ਵੀਰ ਰੈਫਰੀ ਵੀ ਰਾਜਨ ਜਲਦੀ ਗਰਾਊਂਡ ਤੇ ਬਾਈ ਦੇਵ ਦਿਆਲਪੁਰਾ ਜੀ ਅਸ਼ੋਕ ਜੈਤੋ ਹਲ ਅਸ਼ੋਕ ਜੈਤੋ ਜਾਂ ਦੇਵ ਦਿਆਲਪੁਰਾ ਜੀ ਆਓ ਬਾਈ ਦੇਵ ਮੈਚ ਸ਼ੁਰੂ ਕਰਕੇ ਵੈਰੋ ਕੇ ਤੇ ਕੋਟ ਸ਼ਮੀਰ ਦੀਆਂ ਟੀਮਾਂ ਪਹੁੰਚ ਗਈਆਂ ਵੈਰੋ ਕੇ ਤੇ ਕੋਟ ਸ਼ਮੀਰ ਮੈਚ ਸ਼ੁਰੂ ਕਰੋ ਬਾਈ ਦੇਵ ਹੈਲੋ ਬਾਈ ਆ ਮੈਚ ਕਿਹਦਾ ਕਿਹਦਾ ਚੱਲਦਾ ਮਾੜਾ ਜਿਹਾ ਦੱਸਿਓ ਯਾਰ ਨਾਥੇ ਵਾਲਾ ਤੇ ਗਾਇਕੋ ਆਵੇ ਬਾਈ ਕਮਲ ਖੜਾ ਇਹਨੂੰ ਟਾਈਮ
ਖੜੇ ਬੋਲਣ ਦੀ ਯਾਰ ਤੁਹਾਡਾ ਤਰਾ ਸਹੀ ਆ ਜੇ ਫੋਟੋ ਹੋਈ ਤਾਂ ਬੰਦਾ ਖੇਡੂਗਾ ਵੇਟ ਵੂਟ ਦੀ ਗੱਲ ਕਰਦੇ ਵੇਟ ਅਸੀਂ ਉਹਨਾਂ ਬੰਦਿਆਂ ਦੀ ਫੋਟੋ ਖਿੱਚੀ ਹੈ ਜਿਹਨਾਂ ਦਾ ਵੇਟ ਆਇਆ ਉਹਦੀ ਵਿੱਚ ਫੋਟੋ ਹੋਈ ਨਾ ਹੋਇਆ ਜੱਲੂ ਵੈਰੋ ਕੇ ਤੇ ਕੋਟ ਸੁਮੀਰ ਆ ਜਾਓ ਦੋਨੇ ਟੀਮਾਂ ਇਹਨਾਂ ਨੂੰ ਬਾਹਰ ਲੈ ਜਾਓ ਬਾਹਰ ਲੈ ਜਾਓ
ਹੈਲੋ ਹੈਲੋ ਬਾਈ ਜੀ ਧਿਆਨ ਦੇਣਾ ਹੈਲੋ ਹੈਲੋ ਬਾਈ ਜੀ ਕਬੱਡੀ 52 ਕਿੱਲੇ ਦੀਆਂ ਅਸੀਂ ਟਾਈਆਂ ਕੱਢੀਆਂ ਚੌਥੇ ਰਾਊਂਡ ਦੀਆਂ ਪਹਿਲਾ ਮੈਚ ਹੋਊਗਾ ਗਵਰਨਮੈਂਟ ਸਰ ਸਾਹਿਬ ਤੇ ਮਚਾਕੀ ਮਾਲ ਸਿੰਘ ਵਾਲਾ ਦੂਜਾ ਮੈਚ ਆ ਬਾਬਾ ਰਾਮ ਪ੍ਰਕਾਸ਼ ਬਗਰਾੜੀ ਤੇ ਘੋੜੀਆ ਕਲਾਂ ਏ ਤੀਜਾ ਮੈਚ ਲੁਧਿਆਣਾ ਤੇ ਨਾਥੇ ਵਾਲਾ ਚੌਥਾ ਮੈਚ ਲਾਂਭ ਵਾਲੀ ਤੇ ਜਿਹੜੀ ਇਹਨਾਂ ਚੋਂ ਜਿੱਤੂਗੀ ਤੇ ਕਤਲਗੜ ਮੌਦਕੀ ਨੂੰ ਬਾਈ ਆ ਬਾਈ ਜੀ ਜੈਤੋ ਦੀ ਟੀਮ ਜੇਤੂ ਆ ਬਾਈ ਗੋਰੇ ਪਹਿਲੇ ਮੈਚ ਨੋਟ ਕਰ ਲਾ ਤਰਾਜ ਲੱਗਾ ਸੀਗਾ ਜੈਤੋ ਦੀ ਟੀਮ ਜੇਤੂ ਆ ਜੈਤੋ ਹੈਲੋ ਬਾਈ ਜੀ ਸਾਡੀ ਆ ਸਟੇਜ ਵਾਲੀ ਟਰਾਲੀ ਕੋਲ ਯਾਰ ਕੋਈ ਵੀ ਵਾਧੂ ਬੰਦਾ ਨਾ ਖੜੇ ਯਾਰ ਸਾਨੂੰ ਪਜਲ ਨਾ ਕਰੋ ਆ ਕੇ ਮੇਰੇ ਬਾਈ ਸਾਈਡ ਤੋਂ ਹੋਵੋ ਬਾਈ ਜੀ ਕੋਈ ਨਾ ਹੋਵੋ ਯਾਰ ਸਾਡੇ ਕੋਲ ਕਰਾਂਗੇ
ਕਹਿ ਦਿੰਦਾ ਵਾ ਆਵਾਜ਼ ਤਾਂ ਮੇਰੀ ਘਟਾਈ ਬੈਠੀ ਹੂੰ ਕਮਲੋਂ ਕਿਆ ਉਹਨਾਂ ਨੇ ਯਾਰ ਤਾਂ ਘਟਾ ਇੱਕ ਵਾਰੀ ਸਾਡੀ ਬੇਨਤੀ ਹੈ ਜਿਹੜੇ ਜਾਲ ਦੇ ਨਾਲ ਖੜੇ ਸੱਜਣ ਵੀ ਟਰਾਲੀਆਂ ਤੇ ਜਾ ਕੇ ਬੈਠ ਜਾਓ ਬੇਨਤੀ ਹੈ ਪ੍ਰਬੰਧਕ ਕਮੇਟੀ ਵੱਲੋਂ ਪਹਿਲਾ ਮੈਚ ਕਿਹਦਾ ਵਾ 60 ਤੇ ਕਰਾਉਣੀ ਹੈ ਕਿ ਇਦੋਂ ਬਾਅਦ ਗੋਰੇ ਹੈਲੋ ਬਾਈ ਅਗਲੇ ਮੈਚ ਲਈ ਗਵਰਨਮੈਂਟ ਸਰ ਸਾਹਿਬ ਤੇ ਮਚਾਕੀ ਮਾਲ ਸਿੰਘ ਵਾਲਾ ਜਲਦੀ ਆਓ ਇਹ 52 ਦਾ ਹਾਂ ਮੈਨੂੰ ਉਧਰ ਦੀ ਆਉਣਾ ਪੈਣਾ ਵਾ ਹੈਲੋ ਬਾਈ ਜੀ ਕਬੱਡੀ 60 ਕਿੱਲੇ ਦੀਆਂ ਅਸੀਂ ਅਟਾਈਆਂ ਕੱਢਣ ਜਾ ਰਹੇ ਹਾਂ ਜੇ ਕਿਸੇ ਪਲੇਅਰ ਨੂੰ ਕੋਈ ਇਤਰਾਜ਼ ਆ ਤਾਂ ਆ ਕੇ ਦੇਖ ਸਕਦਾ ਗਰਾਊਂਡ ਦੇ ਵਿੱਚ ਕੱਢਣ ਜਾ ਰਹੇ ਹਾਂ ਬਾਈ ਜੀ ਅਟਾਈਆਂ ਕਬੱਡੀ 60 ਕਿੱਲੇ ਦੀਆਂ ਬਾਈ ਜੀ ਇੱਕ ਜ਼ਰੂਰੀ ਬੇਨਤੀ ਆ ਸਾਰੇ ਦਰਸ਼ਕ ਵੀਰਾਂ ਨੂੰ ਜਿਹੜੇ ਵੀਰ ਜਾਲ ਦੇ ਨਾਲ ਖੜੇ ਆ ਕਿਰਪਾ ਕਰਕੇ ਆਪਾਂ ਟਰਾਲੀਆਂ ਲਾਈਆਂ ਉਹਨਾਂ 'ਤੇ ਬਹਿ ਜਾਓ ਸੋ
ਇਸ ਕਰਕੇ ਜਾਲ ਨੂੰ ਨਾ ਧੱਕੋ ਵੀਰ ਬਣ ਕੇ। ਹੈਲੋ ਬਾਈ ਜੀ, 52 ਕਿੱਲੇ ਦਾ ਅਗਲਾ ਮੈਚ ਗੌਰਮੈਂਟ ਸਰ ਸਾਹਿਬ ਤੇ ਮਚਾਕੀ ਮਾਲ ਸਿੰਘ ਆ ਗਏ ਨਾ, ਉਸ ਤੋਂ ਅਗਲਾ ਬਾਬਾ ਰਾਮ ਪ੍ਰਕਾਸ਼ ਬਗਰਾੜੀ ਤੇ ਘੋੜੀਆ ਕਲਾਂ ਏ, ਉਹ ਵੀ ਜਲਦੀ ਦੇ ਨਾਲ ਆ ਗਏ ਬਾਈ ਜੀ। ਉਦੋਂ ਅਗਲਾ ਬਾਈ ਜੀ ਲੁਧਿਆਣਾ ਤੇ ਜੈਤੋ, ਲਾਂਬਵਾਲੀ ਤੇ ਕੋਟ ਸ਼ਮੀਰ, ਇਹ ਸਾਰੀਆਂ ਟੀਮਾਂ ਜਲਦੀ ਦੇ ਨਾਲ ਗਰਾਊਂਡ ਦੇ ਵਿੱਚ ਆ ਗਏ ਬਾਈ। ਕਬੱਡੀ 60 ਕਿਲੋ ਭਾਰ ਵਰਗ ਦੀਆਂ ਟੀਮਾਂ ਆਪਦਾ ਵੇਟ ਜਲਦੀ ਕਰਵਾ ਲੈਣ। ਪਹਿਲਾ ਮੈਚ ਲਧਾਈ ਕੇ ਵਰਸ ਨਿਹਾਲ ਸਿੰਘ ਵਾਲਾ ਖੇਡਿਆ ਜਾਵੇਗਾ। ਲਧਾਈ ਕੇ ਵਰਸ ਨਿਹਾਲ ਸਿੰਘ ਵਾਲਾ ਇਹ 60 ਕਿਲੋ ਭਾਰ ਵਰਗ ਦਾ ਪਹਿਲਾ ਮੈਚ ਖੇਡਿਆ ਜਾਵੇਗਾ। ਦੂਸਰਾ ਮੈਚ ਬਾਬਾ ਰੋਡੂ ਰਾਮ ਕਲੱਬ ਆਦਮਪੁਰਾ ਵਰਸ ਜਗਤ ਸਿੰਘ ਵਾਲਾ। ਇਹ ਟੀਮਾਂ ਨੂੰ ਬੇਨਤੀ ਆ ਵੀ ਟੀਮਾਂ ਜਲਦੀ ਵੇਟ ਕਰਵਾ ਲੈਣ। 60 ਕਿਲੋ ਭਾਰ ਵਰਗ ਦੇ ਜਿੰਨੇ ਵੀ ਸੈੱਟ ਪੁੱਜੇ ਨੇ, ਜਿੰਨੇ ਵੀ ਪਲੇਅਰ ਪਹੁੰਚੇ ਨੇ, ਸਾਰਿਆਂ ਨੂੰ ਬੇਨਤੀ ਹੈ ਵੀ ਟੀਮਾਂ ਜਲਦੀ ਵੇਟ ਕਰਵਾ ਲੈਣ। ਪਹਿਲਾ ਮੈਚ ਲਧਾਈ ਕੇ ਵਰਸ ਨਿਹਾਲ ਸਿੰਘ ਵਾਲਾ। ਟੀਮਾਂ ਨੂੰ ਬੇਨਤੀ ਹੈ 60 ਕਿਲੋ ਭਾਰ ਵਰਗ ਟੀਮਾਂ ਜਲਦੀ ਵੇਟ ਕਰਵਾ ਲੈਣ। ਕਬੱਡੀ 60 ਕਿਲੋ ਭਾਰ ਵਰਗ ਦੀਆਂ ਟੀਮਾਂ ਨੂੰ ਬੇਨਤੀ ਆਪਦਾ ਵੇਟ ਜਲਦੀ ਕਰਵਾ ਲੈਣ। ਪਹਿਲਾ ਮੈਚ ਨਿਹਾਲ ਸਿੰਘ ਵਾਲਾ ਵਰਸ ਲਧਾਈ ਕੇ ਖੇਡਿਆ ਜਾਵੇਗਾ। ਦੂਸਰਾ ਮੈਚ ਜਗਤ ਸਿੰਘ ਵਾਲਾ ਵਰਸ ਬਾਬਾ ਰੋਡੂ ਰਾਮ ਕਲੱਬ ਆਦਮਪੁਰਾ। ਤੀਸਰਾ ਮੈਚ ਭਦੌੜ ਵਰਸ ਡੇਰਾ ਕਲੱਬ ਵੈਰੋਕੇ। ਟੂਸੇ ਵਰਸ ਗਹਿਲਾ ਵੈਰੋਕੇ। ਇਹ ਵਰਸ ਬਾਬਾ ਰੁਖੜ ਦਾਸ ਕਲੱਬ ਪੱਤੋ।
ਸਿੰਘਾਂ ਵਾਲਾ ਵਰਸਜ ਫੂਲੇ ਵਾਲਾ ਲਧਾਈ ਕੇ ਵਰਸ ਨਿਹਾਲ ਸਿੰਘ ਵਾਲਾ ਟੀਮਾਂ 60 ਕਿਲੋ ਭਾਰ ਵਰਗ ਦੀਆਂ ਜਲਦੀ ਵੇਟ ਕਰਵਾ ਕੇ ਗਰਾਊਂਡਾਂ ਦੇ ਲਾਗੇ ਪਹੁੰਚ ਜਾਣ। ਜਗਤ ਸਿੰਘ ਵਾਲਾ ਵਰਸ ਬਾਬਾ ਰੂਪੀ ਰਾਮ ਕਲੱਬ ਆਦਮਪੁਰਾ, ਨਾਲ ਹੀ ਭਦੌੜ ਤੇ ਡੇਰਾ ਕਲੱਬ ਵੈਰੋਕੇ, ਟੂਸੇ ਵਰਸ ਗਹਿਲਾ, ਬਾਬਾ ਰੁੱਖੜਦਾਸ ਕਲੱਬ ਪੱਤੋ ਵਰਸ ਵੈਰੋਕੇ, ਇਹ ਸਿੰਘਾਂ ਵਾਲਾ ਵਰਸ ਫੂਲੇ ਵਾਲਾ, ਖਾਈ ਵਰਸ ਬਾਬਾ ਚੇਤਨ ਕਲੱਬ ਕਾਲੇ ਕੇ, ਗੋਮਟਸਰ ਸਾਹਿਬ ਵਰਸ ਵੈਰੋਕੇ ਬੀ, ਬੁੱਧ ਸਿੰਘ ਵਾਲਾ ਵਰਸ ਖੋਸਾ ਰੰਧੀਰ ਰੋਡੇ ਏ, ਵਰਸ ਨਰਾਇਣ ਸਿੰਘ ਕਲੱਬ ਨੱਥੋਕੇ, ਸੋਹਣ ਸਿੰਘ ਕਲੱਬ ਨੱਥੋਕੇ। ਇਹ ਪਹਿਲੇ 10 ਮੈਚ ਟੀਮਾਂ ਨੂੰ ਬੇਨਤੀ ਹੈ ਵੀ ਟੀਮਾਂ ਜਲਦੀ ਗਰਾਊਂਡਾਂ ਦੇ ਲਾਗੇ ਪਹੁੰਚਣ, ਸਾਰੀਆਂ ਟੀਮਾਂ ਨੂੰ ਬੇਨਤੀ ਵੇਟ ਕਰਵਾ ਕੇ 60 ਕਿਲੋ ਭਾਰ ਵਰਗ ਦੀਆਂ। ਲਧਾਈ ਕੇ ਵਰਸ ਨਿਹਾਲ ਸਿੰਘ ਵਾਲਾ, ਜਗਤ ਸਿੰਘ ਵਾਲਾ ਵਰਸ ਬਾਬਾ ਰੋਡੂ ਕਲੱਬ ਆਦਮਪੁਰਾ, ਨਾਲ ਭਦੌੜ ਤੇ ਡੇਰਾ ਕਲੱਬ ਵੈਰੋਕੇ, ਟੂਸੇ ਤੇ ਗਹਿਲਾ, ਬਾਬਾ ਰੁੱਖੜਦਾਸ ਕਲੱਬ ਪੱਤੋ ਤੇ ਵੈਰੋਕੇ, ਇਹ ਸਿੰਘਾਂ ਵਾਲਾ ਵਰਸ ਫੂਲੇ ਵਾਲਾ, ਖਾਈ ਵਰਸ ਬਾਬਾ ਚੇਤਨ ਕਲੱਬ ਕਾਲੇ ਕੇ, ਗੋਮਟਸਰ ਸਾਹਿਬ ਵਰਸ ਵੈਰੋਕੇ ਬੀ, ਬੁੱਧ ਸਿੰਘ ਵਾਲਾ ਵਰਸ ਖੋਸਾ ਰੰਧੀਰ, ਨੌਵਾਂ ਮੈਚ 10ਵਾਂ ਮੈਚ ਸੋਹਣ ਸਿੰਘ ਕਲੱਬ ਨੱਥੋਕੇ ਵਰਸ ਰੋਡੇ ਏ, 11ਵਾਂ ਮੈਚ ਵਣਾ ਵਾਲੀ ਵਰਸ ਸਮਾਲਸਰ, 12ਵਾਂ ਮੈਚ ਕਤਲਗੜ੍ਹ ਮੁਦਕੀ ਵਰਸ ਥਰਾਜ ਏ, 13ਵਾਂ ਮੈਚ ਮਾਣੂਕੇ ਵਰਸ ਬਾਬਾ ਜੀਵਨ ਸਿੰਘ ਕਲੱਬ ਡਗਰੂ, 14ਵਾਂ ਮੈਚ ਰੌਂਤਾ ਵਰਸ ਰਣਸੀਕੇ, 15ਵਾਂ ਮੈਚ ਛੱਠੀ ਭਾਈ ਵਰਸ ਦਰਵੇਸ਼ ਕਲੱਬ ਖੋਠੇ,
16 ਮੈਚ ਜਲਾਲ ਏ ਵਰਸਸ ਰੱਜੀ ਵਾਲਾ, 17 ਮੈਚ ਧੂੜਕੋਟ ਬਰਨਾਲਾ ਵਰਸਸ ਸੇਖਾ ਕਲਾਂ, 18 ਮੈਚ ਬਾਬਾ ਈਸ਼ਰਦਾਸ ਕਲੱਬ ਰਾਮਾ ਵਰਸਸ ਕੋਟ ਦਾ ਮੇਹਰ ਸਿੰਘ ਵਾਲਾ। ਇਹਨਾਂ ਸਾਰੀਆਂ ਟੀਮਾਂ ਨੂੰ ਬੇਨਤੀ ਹੈ ਟੀਮਾਂ ਜਲਦੀ ਵੇਟ ਕਰਵਾ ਲੈਣ। ਕਬੱਡੀ 60 ਕਿਲੋ ਭਾਰ ਵਰਗ ਲਧਾਈ ਕੇ ਵਰਸਸ ਨਿਹਾਲ ਸਿੰਘ ਵਾਲਾ ਪਹਿਲਾ ਮੈਚ ਖੇਡਿਆ ਜਾਵੇਗਾ, ਆਦਮਪੁਰਾ ਤੇ ਜਗਤ ਸਿੰਘ ਵਾਲਾ ਦੂਸਰਾ ਮੈਚ।